सारे के सारे जिन्होंने पंजाब नूं लुटिया चमकौर जी तुहानूं भी पता ही है तुहाडी नॉलेज च अमरीका च बर्दाश्त नहीं करूगी। जे कोई इस तरीके की हुंदी लगती है किसी नूं घंट भी मिलती है तो ईओ नूं एसडीएम साहब नूं मैनूं जदों मर्जी दसो। जाखड़ साहब वर्गे सुलझे हुए लोग भी जे भ्रिष्टाचारियां दी पिट ते खणगे ते फिर काम किवें चलूगा। सड़कां दा होवे चीजा ने जिड़िया मोटिया बुनियादी जरूरत ने और सुनाम शहर के मसला काफी देर तो चल रहा है और ए तहत दो मोटर ने जिड़िया वाटर बॉक्स उन्होंने उपर लगाई गई ने। एक की अज इनागरेशन जी की है, दूसरी भी ऑलमोस्ट क्लोज टू कंपलीशन है, बड़ी जल्दी ही चालू है जी हो जाएगी। इस तो अलावा मैं यह भी शहर वासियों को दसना चाहना कि आने वाले समय के इस शहर की क्योंकि काफी शहर है जिहड़ा उच्ची उच्चा वसिया होया है तो उत्थे पानी की दिक्कत भी आउंदी है और शहर की एक्सपेंशन है जिहड़ी हद है वह भी वधदी जा रही है। सो इस संबंध में जगत सिंह कौर मान जी की सरकार बनी है और मैनू यह जिम्मेवारी शहर और हल्के के लोगों ने सौंपी है। असीं इहदे इहनूं फॉलोअप कर रहे सीगे। ये दो ऑलरेडी इंस्टॉल हो चुकी हैं। इस तों अलावा 6 होर ਵੱਡੀਆਂ ਮੋਟਰਾਂ ਤੇ ਵਾਟਰ ਵਰਕਸ ਨੇ ਜਿਹੜੇ ਉਹ ਪ੍ਰਪੋਜ਼ਲ ਹੈ ਜਿਹੜੀ ਉਹ ਇੱਥੋਂ ਤਿਆਰ ਹੋ ਕੇ ਬਣ ਕੇ ਜਾ ਚੁੱਕੀ ਹੈ। ਬੜੀ ਜਲਦੀ ਹੀ ਉਹਨਾਂ 6 ਦੀ ਅਪਰੂਵਲ ਹੈ ਸ਼ਹਿਰ ਸੁਨਾਮ ਵਾਸਤੇ ਵੱਡੀਆਂ ਮੋਟਰਾਂ ਨੇ ਜਿਹੜੀਆਂ ਉਹ ਉਹਦੀ ਅਪਰੂਵਲ ਆ ਜਾਣੀ ਹੈ ਤੇ ਬੜੀ ਜਲਦੀ ਹੀ ਅਸੀਂ ਉਹਨਾਂ ਨੂੰ ਇੰਸਟਾਲ ਕਰਾ ਦਾਂਗੇ। ਇਹਨਾਂ 6 ਦੇ ਲੱਗਣ ਨਾਲ 2 ਇਹ ਤੇ 6 ਹੋ ਜਾਣੇ ਕਿ 8 ਨਵੀਆਂ ਮੋਟਰਾਂ ਲੱਗਣ ਦੇ ਨਾਲ ਮੈਂ ਸਮਝਦਾ ਕਿ ਆਉਣ ਵਾਲੇ ਘੱਟੋ ਘੱਟ 15-20 ਸਾਲ ਹੈ ਜਿਹੜੀ ਆਪਣੇ ਸ਼ਹਿਰ ਸੁਨਾਮ ਦੇ ਵਿੱਚ ਪਾਣੀ ਦੀਆਂ ਜਿੰਨੀਆਂ ਜ਼ਰੂਰਤਾਂ ਨੇ ਉਹਨਾਂ ਦਾ ਮਸਲਾ ਹੱਲ ਹੈ ਜਿਹੜਾ ਉਹ 15-20 ਸਾਲ ਦੇ ਘੱਟੋ ਘੱਟ ਅਸੀਂ ਹੱਲ ਕਰ ਦਾਂਗੇ। ਸੋ ਭਗਵੰਤ ਮਾਨ ਜੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਔਰ ਸੁਨਾਮ ਹਲਕੇ ਦੇ ਸੁਨਾਮ ਸ਼ਹਿਰ ਦੇ ਲੋਕਾਂ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਮੈਂਡੇਟ ਦੇ ਨਾਲ ਮਤਦਾਨ ਦੇ ਨਾਲ ਆਪਦੇ ਇਸ ਨਿਮਾਣੇ ਜੇ ਸਾਥੀ ਨੂੰ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨਾਂ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ 24 ਘੰਟੇ 24/7 ਅਵੇਲੇਬਲ ਹਾਂ। ਇਹ ਮੈਂ ਸਮਝਦਾ ਕਿ ਇਸ ਪੂਰੇ ਇਲਾਕੇ ਨੂੰ ਇਸ ਮੋਟਰ ਦੇ ਨਾਲ ਕਾਫੀ ਮਸਲੇ ਜਿਹੜਾ ਪਾਣੀ ਦਾ ਉਹ ਹੱਲ ਹੋ ਜਾਏਗਾ। ਸਰ ਪਿਛਲੇ ਕਾਫੀ ਦਿਨਾਂ ਤੋਂ 2-4 ਦਿਨ ਪਹਿਲਾਂ ਤੋਂ ਹੀ ਲਗਾਤਾਰ ਜਿਹੜਾ ਇੱਕ ਮੁੱਦਾ ਗਰਮਾ ਰਿਹਾ ਕਿ ਨਵੇਂ ਬਾਜ਼ਾਰ ਦੇ ਵਿੱਚ ਨਜਾਇਜ਼ ਉਸਾਰੀ ਹੋ ਰਹੀ ਹੈ, ਦੁਕਾਨ ਦੇ ਉੱਤੇ ਅਮੈਂਡਮੈਂਟ ਹੋਈ ਹੈ, ਉਸ ਨੂੰ ਲੈ ਕੇ ਕੁਝ ਐਮਸੀਆਂ ਵੱਲੋਂ ਧਰਨਾ ਤੱਕ ਲਗਾਉਣ ਦੀ ਵੀ ਧਮਕੀ ਦਿੱਤੀ ਗਈ ਕਿ ਜੇ ਉਹਨਾਂ ਤੇ ਕਾਰਵਾਈ ਨਾ ਹੋਈ ਤਾਂ ਅਸੀਂ ਧਰਨਾ ਤੱਕ ਲਗਾਵਾਂਗੇ। ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ 2-3 ਦਿਨ ਪਹਿਲਾਂ ਤੋਂ ਇੱਕ ਨਜਾਇਜ਼ ਉਸਾਰੀ ਹੋਈ ਹੈ ਨਵੇਂ ਬਾਜ਼ਾਰ ਦੇ ਵਿੱਚ, ਕੋਈ ਅਮੈਂਡਮੈਂਟ ਹੋਈ ਹੈ ਦੁਕਾਨ ਦੇ ਉੱਤੇ ਲੈਂਟਰ ਪਾਇਆ ਗਿਆ ਕਿਸੇ ਦੁਕਾਨਦਾਰ ਵੱਲੋਂ, ਉਸ ਨੂੰ ਲੈ ਕੇ ਕੁਝ ਐਮਸੀਆਂ ਵੱਲੋਂ ਆਵਾਜ਼ ਵੀ ਉਠਾਈ ਗਈ ਹੈ, ਉਸ ਬਾਰੇ ਫਿਰ ਬਹੁਤ ਜਾਣਕਾਰੀ ਲੈਣਾ ਚਾਹੁੰਦੇ। ਚਮਕੌਰ ਜੀ ਤੁਹਾਨੂੰ ਵੀ ਪਤਾ ਹੀ ਹੈ ਤੁਹਾਡੀ ਨੌਲੇਜ ਚ ਅਮਰੀਕਾ ਚ ਜੇ ਕੋਈ ਮੇਰੀ ਤੁਹਾਨੂੰ ਬੇਨਤੀ ਇਹ ਹੈ ਮੀਡੀਆ ਸਾਥੀ ਨੂੰ ਵੀ ਤੁਸੀਂ ਮੀਡੀਆ ਵਾਲੇ ਬਾਅਦ ਚੋਂ ਸ਼ਹਿਰ ਨਿਵਾਸੀ ਪਹਿਲਾਂ ਆਪਣੀ ਸਮਾਜ ਪ੍ਰਤੀ ਸ਼ਹਿਰ ਪ੍ਰਤੀ ਜ਼ਿੰਮੇਵਾਰੀ ਵੱਡੀ ਬਣਦੀ ਹੈ। ਜੇ ਕੋਈ ਇਸ ਤਰੀਕੇ ਦੀ ਗੱਲ ਤੁਹਾਨੂੰ ਪਹਿਲਾਂ ਪਤਾ ਲੱਗਦੀ ਹੈ ਟਾਈਮ ਤੋਂ ਜਾਂ ਜੇ ਉਸ ਦਿਨ ਹੁੰਦੀ ਤੋਂ ਵੀ ਪਤਾ ਲੱਗ ਗਈ ਸੀ ਨਾ 3-4 ਦਿਨ ਮਸਲਾ ਚੱਲ ਰਿਹਾ, ਦੱਸ ਤੁਸੀਂ ਮੈਨੂੰ ਅੱਜ ਰਹੇ ਹੋ ਇਸ ਤੁਸੀਂ ਮਿਲੀ ਅੱਜ ਤੁਸੀਂ ਦੱਸਿਆ ਕਰ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਕਿ ਨੰਬਰ 1 ਪੂਰੇ ਇਲਾਕਾ ਨਿਵਾਸੀ ਨੂੰ ਨੰਬਰ 1 ਤਾਂ ਇਹੋ ਜਿਹਾ ਕੋਈ ਵੀ ਗਲਤ ਕਾਰਵਾਈ ਕਰਨ ਤੋਂ ਗੁਰੇਜ਼ ਕਰਨ, ਕੋਈ ਨਜਾਇਜ਼ ਕਬਜ਼ਾ ਨਜਾਇਜ਼ ਸਾਰੀ ਜਿਹੜੀ ਉਹ ਸਰਕਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ। ਜੇ ਕੋਈ ਇਸ ਤਰੀਕੇ ਦੀ ਹੁੰਦੀ ਲੱਗਦੀ ਹੈ ਕਿਸੇ ਨੂੰ ਘੰਟ ਵੀ ਮਿਲਦੀ ਹੈ ਤੇ ਉਹ ਤੁਸੀਂ ਈਓ ਨੂੰ ਐਸਡੀਐਮ ਸਾਹਿਬ ਨੂੰ ਮੈਨੂੰ ਜਦੋਂ ਮਰਜ਼ੀ ਦੱਸੋ। ਇਹ ਗਲਤ ਕੰਮ ਹੈ ਜਿਹੜਾ ਇਸ ਜਿਹੜਾ ਪਿਛਲੇ ਲੰਬੇ ਸਮੇਂ ਦੇ ਵਿੱਚ ਚੱਲ ਰਿਹਾ ਇਹ ਅਸੀਂ ਨਹੀਂ ਹੋਣ ਦੇਣਾ ਹੈਗਾ। ਸਾਡੀ ਸਰਕਾਰ ਤਾਂ ਉਹ ਸਰਕਾਰ ਹੈ ਕਿ 70 ਸਾਲਾਂ ਦੇ ਲੋਕਾਂ ਦੇ ਔਰ ਲੀਡਰਾਂ ਦੇ ਕਰਾਏ ਹੋਏ ਕਬਜ਼ੇ ਅਸੀਂ ਛਡਾਉਣ ਲੱਗੇ ਹੋਏ ਹਾਂ।
ਹੁਣ ਨਵੇਂ ਕਬਜ਼ੇ ਕਿਵੇਂ ਬਰਦਾਸ਼ਤ ਕਰ ਲਾਂਗੇ ਸੋ ਇਸ ਕਰਕੇ ਜੇ ਕੋਈ ਇਹੋ ਜਿਹੀ ਗੱਲ ਧਿਆਨ ਚਾਹੁੰਦੇ ਦੱਸਿਆ ਜ਼ਰੂਰ ਇੱਕ ਸਰ ਜੀ ਜੈਪਰ ਸਾਹਿਬ ਭ੍ਰਿਸ਼ਟਾਚਾਰ ਦੀ ਜਿਹੜੀ ਜੁਰਮ ਹੈ ਸਹੂਲਤਾਂ ਜਿਹੜੀ ਲੈ ਚੁੱਕੀ ਉਹ ਆਪਣੇ ਮਨਮੋਹਨ ਸਿੰਘ ਜੀ ਦੀ ਜਾਂਚ ਕਰਨ ਨੂੰ ਕਹਿ ਰਹੇ ਨੇ ਇਹਦੇ ਬਾਰੇ ਕੀ ਉਹਦੇ ਜੀ ਹੁਣ ਸਾਰੇ ਦੇ ਸਾਰੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹ ਚੀਕਾਂ ਮਾਰਦੇ ਨੇ ਅਤੇ ਮੈਨੂੰ ਹੈਰਾਨੀ ਔਰ ਪਰੇਸ਼ਾਨੀ ਇਸ ਗੱਲ ਦੀ ਹੁੰਦੀ ਹੈ ਕਿ ਜੈਪਰ ਸਾਹਿਬ ਵਰਗੇ ਸੁਲਝੇ ਹੋਏ ਲੋਕ ਵੀ ਜੇ ਭ੍ਰਿਸ਼ਟਾਚਾਰੀਆਂ ਦੀ ਪਿੱਠ ਤੇ ਖੜਨਗੇ ਤੇ ਫਿਰ ਕੰਮ ਕਿਵੇਂ ਚੱਲੂਗਾ ਸੋ ਇਸ ਕਰਕੇ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਮਸਲਿਆਂ ਦੀ ਗੱਲ ਕਰੋ ਨਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਓ।